ਧੀਆਂ ਦੇ ਲੇਖ ਭਾਗ 10 ਬਲਵਿੰਦਰ ਦਫ਼ਤਰੋਂ ਨਿਕਲ ਕੇ ਕਾਲਜ ਚਲਾ ਗਿਆ ਉੱਥੋਂ ਆਪਣੇ ਵੱਡੇ ਭਾਂਜੇ ਹਰਿੰਦਰ ਨੂੰ ਛੁੱਟੀ ਕਰਾ ਕੇ ਨਾਲ ਲੈ ਗਿਆ ਤੇ ਨਰਿੰਦਰ ਨੂੰ ਵੀ ਆਪਣੀ ਮਾਮੀ ਕੋਲ ਘਰ ਜਾਣ ਨੂੰ ਕਹਿ ਦਿੱਤਾ ਮਨਜੀਤ ਆਪਣਾ ਤੇ ਦੋਵਾਂ ਕੁੜੀਆਂ ਦਾ ਸਮਾਨ ਉੱਪਰ ਲੈ ਗਈ ਗੁਰਪ੍ਰੀਤ ਤੇ ਖੁਸ਼ਪ੍ਰੀਤ ਜਦੋਂ ਸਕੂਲ ਤੋਂ ਆਈਆਂ ਉਹਨਾਂ ਵੀ ਸਭ ਕੁਝ ਸਮਝਾ ਦਿੱਤਾ ਤੇ ਬੇਬੇ ਦੇ ਆਉਣ ਬਾਰੇ ਦੱਸ ਦਿੱਤਾ ਗੁਰੀ ਹੁਣੀ ਵੱਡੀਆਂ ਹੋ ਗਈਆਂ ਸੀ ਦੋਵਾਂ ਨੂੰ ਪਤਾ ਸੀ ਦਾਦੀ ਉਹਨਾਂ ਨੂੰ ਪਸੰਦ ਨਹੀਂ ਕਰਦੀ ਦੋਵੇਂ ਆਪਣੇ ਬੈਗ ਲੈ ਕੇ ਉੱਪਰ ਚਲੀਆਂ ਗਈਆਂ ਨਰਿੰਦਰ ਵੀ ਕਾਲਜ ਤੋਂ ਆ ਗਿਆ ਮਨਜੀਤ ਨੇ ਕਮਰੇ ਵਿੱਚ ਬੇਬੇ ਲਈ ਲੋੜੀ ਦਾ ਜੋ ਸਮਾਨ ਸੀ ਉਹ ਸਭ ਰੱਖ ਦਿੱਤਾ ਤੇ ਬੈੱਡ ਦੇ ਕੋਲ ਮੰਜਾ ਡਾਹ ਕੇ ਬਿਸਤਰਾ ਵਿਛਾ ਦਿੱਤਾ ਮਨਜੀਤ ਬਲਵਿੰਦਰ ਹੁਣਾਂ ਨੂੰ ਉਡੀਕਣ ਲੱਗੀ ਫਿਰ ਉਹਨੂੰ ਯਾਦ ਆਇਆ ਕਿ ਬੱਚਿਆਂ ਨੂੰ ਰੋਟੀ ਨਹੀਂ ਦਿੱਤੀ ਮਨਜੀਤ ਨੇ ਗੁਰੀ ਖੁਸ਼ੀ ਤੇ ਨਰਿੰਦਰ ਨੂੰ ਹਾਲ ਵਿੱਚ ਬੁਲਾ ਕੇ ਰੋਟੀ ਖਵਾਈ ਫਿਰ ਤੋਂ ਉਡੀਕ ਵਿੱਚ ਬੈਠ ਗਈ ਉੱਧਰ ਬਲਵਿੰਦਰ ਜਦੋਂ ਬੇਬੇ ਕੋਲ ਪਹੁੰਚਿਆ ਤੇ ਡਾਕਟਰ ਕੋਲ ਚੱਲਣ ਨੂੰ ਕਹਿਣ ਲੱਗਿਆ ਬੇਬੇ ਕਿੱਥੇ ਮੰਨਦੀ ਆ ਕਹਿਣ ਲੱਗੀ ਮੈਂ ਦਵਾਈ ਲੈ ਆਈ ਸਵੇਰੇ ਹੀ ਬੁਖਾਰ ਉੱਤਰ ਜਾਣਾ ਬੇਬੇ ਆਪਣੇ ਦੋਤੇ ਹਰਿੰਦਰ ਦੀ ਹਰ ਗੱਲ ਮੰਨਦੀ ਸੀ ਪਰ ਅੱਜ ਕਿਸੇ ਦੀ ਨਹੀਂ ਸੌਂਦੀ ਸੀ ਚਾਚਾ ਚਾਚੀ ਵੀ ਸਮਝਾ ਹੰਭ ਗਏ ਅਖੀਰ ਬਲਵਿੰਦਰ ਤੇ ਹਰਿੰਦਰ ਨੇ ਧੱਕੇ ਨਾਲ ਹੀ ਚੁੱਕ ਕੇ ਗੱਡੀ ਵਿੱਚ ਬਿਠਾ ਲਈ ਤੇ ਨਾਲ ਹੀ ਹਰਿੰਦਰ ਬੈਠ ਗਿਆ ਬਲਵਿੰਦਰ ਗੱਡੀ ਚਲਾਉਣ ਲੱਗ ਗਿਆ ਤੇ ਸ਼ਿੰਦਰ ਵੀ ਗੱਡੀ ਵਿੱਚ ਬੈਠ ਗਈ ਬੇਬੇ ਨੂੰ ਪਹਿਲਾਂ ਸ਼ਹਿਰ ਹਸਪਤਾਲ ਲੈ ਕੇ ਗਏ ਦਵਾਈ ਲੈਣ ਤੋਂ ਮਗਰੋਂ ਘਰੇ ਚਲੇ ਗਏ ਗੇਟ ਖੋਲ੍ਹ ਕੇ ਸਾਰ ਮਨਜੀਤ ਨੇ ਬੇਬੇ ਜੀ ਦੇ ਪੈਰੀ ਹੱਥ ਲਾਏ ਉਹ ਬਿਨਾਂ ਕੁਝ ਬੋਲੇ ਅੱਗੇ ਲੰਘ ਗਈ ਹਰਿੰਦਰ ਬੇਬੇ ਆ ਤੇਰਾ ਕਮਰਾ ਬੈਠੋ ਆਰਾਮ ਕਰੋ ਬੇ ਮੈਂ ਕੋਈ ਨਹੀਂ ਇਸ ਕਲਸ਼ਨੀ ਦੇ ਘਰ ਰਹਿਣਾ ਮੈਨੂੰ ਪਿੰਡ ਛੱਡ ਕੇ ਆਓ ਸ਼ਿੰਦਰ ਬੇਬੇ ਕਿਉਂ ਇੰਨਾ ਬੋਲੀ ਜਾਂਦੀ ਹੈ ਚੁੱਪ ਕਰਕੇ ਰਹਿ ਇੱਥੇ ਦੇਖ ਤੇਰੀਆਂ ਪੋਤੀਆਂ ਤੈਨੂੰ ਮਿਲਣ ਆਈਆਂ ਨੇ ਖੁਸ਼ਪ੍ਰੀਤ ਤੇ ਗੁਰਪ੍ਰੀਤ ਨੇ ਬੇਬੇ ਨੂੰ ਆ ਕੇ ਸਤਿ ਸ਼੍ਰੀ ਅਕਾਲ ਬੁਲਾਈ ਬੇਬੇ ਕੁਝ ਨਾ ਬੋਲੀ ਸ਼ਾਮ ਨੂੰ ਸ਼ਿੰਦਰ ਨੇ ਬੇਬੇ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਕਿੱਥੇ ਸੌਂਦੀ ਆ ਉਹ ਤੇ ਨਰਿੰਦਰ ਪਿੰਡ ਨੂੰ ਚਲੇ ਗਏ ਮਨਜੀਤ ਨੇ ਰਾਤ ਨੂੰ ਬੇਬੇ ਨੂੰ ਖਿਚੜੀ ਬਣਾ ਦਿੱਤੀ ਜਦੋਂ ਖਵਾਉਣ ਲਈ ਗਈ ਤਾਂ ਬੇਬੇ ਨੇ ਕੁਝ ਵੀ ਖਾਣ ਤੋਂ ਮਨ੍ਹਾ ਕਰ ਦਿੱਤਾ ਹਰਿੰਦਰ ਨੇ ਧੱਕੇ ਨਾਲ ਹੀ ਖਿਚੜੀ ਖਵਾ ਦਿੱਤੀ ਮਨਜੀਤ ਵਿਹਲੀ ਹੋ ਕੇ ਉੱਪਰ ਕਮਰੇ ਵਿੱਚ ਗੁਰੀ ਹੁਣਾਂ ਕੋਲ ਚਲੀ ਗਈ ਬਲਵਿੰਦਰ ਫਿਰ ਬੇਬੇ ਨੂੰ ਸਮਝਾਉਣ ਲੱਗਾ ਬੇਬੇ ਰੋਟੀ ਪਾਣੀ ਢੰਗ ਨਾਲ ਖਾਇਆ ਕਰ ਦਵਾਈ ਵੀ ਤਾਂ ਹੀ ਲੈ ਹੋ ਬੇਬੇ ਦੇਖਦੀ ਆ ਤੈਨੂੰ ਕਿੰਨਾ ਕੁ ਚਿਰ ਮੇਰੇ ਨਾਲ ਧੱਕਾ ਕਰੇਗਾ ਬਲਵਿੰਦਰ ਬੇਬੇ ਗੁੱਸੇ ਨਾ ਹੋ ਤੇਰੀ ਸਿਹਤ ਪਹਿਲਾਂ ਹੀ ਠੀਕ ਨਹੀਂ ਹੈਗੀ ਬੇਬੇ ਮੈਂ ਸਭ ਜਾਣਦੀ ਹਾਂ ਤੈਨੂੰ ਲੱਗਿਆ ਹੋਣਾ ਬੁੜੀ ਬਿਮਾਰ ਆ ਹੁਣ ਛੇਤੀ ਮਰ ਜਾਊਗੀ ਜਾਇਦਾਦ ਆਪਣੇ ਨਾਂ ਕਰਵਾ ਲਵਾਂ ਮੈਂ ਇੱਕ ਡੱਕਾ ਨਹੀਂ ਦੇਣਾ ਤੈਨੂੰ ਸਾਰਿਆਂ ਨੂੰ ਮਾਰ ਕੇ ਮਰੂੰਗੀ ਹਰਿੰਦਰ ਬੇਬੇ ਮਾਮਾ ਜੀ ਨੂੰ ਕੁਝ ਨਹੀਂ ਚਾਹੀਦਾ ਨਾ ਮੰਮੀ ਨੂੰ ਕੁਝ ਚਾਹੀਦਾ ਤੁਸੀਂ ਜਿਨ੍ਹਾਂ ਨੂੰ ਮਰਜ਼ੀ ਦੇ ਦਿਓ ਆਹ ਫੜੋ ਦਵਾਈ ਖਾਓ ਅਤੇ ਸੌਂ ਜਾਓ ਹਰਿੰਦਰ ਅਤੇ ਬਲਵਿੰਦਰ ਵੀ ਕੋਲ ਬੈੱਡ 'ਤੇ ਹੀ ਸੌਂਗੇ ਮਨਜੀਤ ਬੇਬੇ ਜੀ ਉੱਠੋ ਚਾਹ ਪੀ ਲਵੋ ਪਰ ਬੇਬੇ ਜੀ ਨਾ ਬੋਲੇ ਨਾ ਉੱਠ ਕੇ ਬੈਠੇ ਮਨਜੀਤ ਨੇ ਚਾਹ ਮੇਜ਼ 'ਤੇ ਰੱਖ ਕੇ ਹਰਿੰਦਰ ਨੂੰ ਉਠਾ ਦਿੱਤਾ ਹਰਿੰਦਰ ਨੇ ਬੁਖਾਰ ਦੇਖਿਆ ਤਾਂ ਬੇਬੇ ਹੁਣ ਠੀਕ ਸੀ ਉਦੋਂ ਤੱਕ ਬਲਵਿੰਦਰ ਵੀ ਗੁਰਦੁਆਰਾ ਸਾਹਿਬ ਤੋਂ ਵਾਪਸ ਆ ਗਿਆ ਬੇਬੇ ਬਲਵਿੰਦਰਾ ਮੈਨੂੰ ਪਿੰਡ ਛੱਡਿਆ ਮੈਂ ਨਹੀਂ ਇੱਥੇ ਰਹਿਣਾ ਇਹ ਕਾਲੇ ਮੂੰਹ ਵਾਲੀ ਸਵੇਰੇ ਹੀ ਆ ਗਈ ਇੱਥੋਂ ਬਲਵਿੰਦਰ ਬੇਬੇ ਮੈਨੂੰ ਕੁਝ ਨਹੀਂ ਚਾਹੀਦਾ ਮੇਰਾ ਹਾਲੇ ਕੋਰਸ ਵੀ ਪੂਰਾ ਨਹੀਂ ਹੋਇਆ ਸੀ ਜਦੋਂ ਬਾਪੂ ਜੀ ਚੜ੍ਹਾਈ ਕਰ ਗਏ ਜਦੋਂ ਉਹ ਬਿਮਾਰ ਸੀ ਉਦੋਂ ਹੀ ਉਹਨਾਂ ਨੇ ਚਾਰੇ ਵਾਹਨ ਚਾਚੇਕਿਆਂ ਨੂੰ ਮਾਮਲੇ 'ਤੇ ਦੇ ਦਿੱਤੇ ਜੋ ਅੱਜ ਤੱਕ ਉਹਨਾਂ ਕੋਲ ਹੀ ਨੇ ਮੈਂ ਕਦੇ ਕੁਝ ਵੀ ਨਹੀਂ ਪੁੱਛਿਆ ਬਾਪੂ ਜੀ ਦੇ ਜਾਣ ਤੋਂ ਬਾਅਦ ਜਦੋਂ ਮੈਨੂੰ ਨੌਕਰੀ ਮਿਲ ਗਈ ਸ਼ੁਰੂਆਤ ਤੋਂ ਹੀ ਮੇਰੀ ਤਨਖਾਹ ਵਧੀਆ ਸੀ ਉਸੇ ਸਾਲ ਆਪਾਂ ਭੈਣ ਦਾ ਵਿਆਹ ਕੀਤਾ ਮੈਨੂੰ ਮਾਂ ਤੈਂ ਖੁਦ ਦੱਸਿਆ ਜਮ੍ਹਾਂ ਪੂੰਜੀ ਵਿੱਚੋਂ ਲੱਖ ਬਚ ਗਿਆ ਹੈ ਤੇਰੇ ਵਿਆਹ ਲਈ ਵਾਧੂ ਨੇ ਬੇਬੇ ਮੈਂ ਨੌਕਰੀ ਤੋਂ ਵਧੀਆ ਗੁਜ਼ਾਰਾ ਕਰੀ ਜਾਂਦਾ ਤੁਸੀਂ ਜਾਇਦਾਦ ਜਿਹਨੂੰ ਮਰਜ਼ੀ ਜੋ ਮਰਜ਼ੀ ਦੇ ਦਿਓ ਅੱਗੇ ਤੋਂ ਨਾ ਮੇਰੀਆਂ ਕੁੜੀਆਂ ਨਾ ਮਨਜੀਤ ਨੂੰ ਮੰਦੇ ਬੋਲ ਨਹੀਂ ਬੋਲਣੇ ਇਹ ਤੇਰਾ ਘਰ ਆ ਖੁਸ਼ੀ ਖੁਸ਼ੀ ਰਹਿ ਪਿੰਡ ਨਹੀਂ ਹੁਣ ਜਾਣ ਦੇਣਾ ਤੈਨੂੰ ਬਹੁਤ ਹੀ ਆ ਤਾਂ ਮੈਂ ਭੈਣ ਅਤੇ ਭਾਅ ਜੀ ਨਾਲ ਗੱਲ ਕਰਕੇ ਹਰਿੰਦਰ ਨੂੰ ਆਪਾਂ ਆਪਣੇ ਕੋਲ ਰੱਖ ਲੈਂਦੇ ਹਾਂ ਨਾਲੇ ਮੈਂ ਮਨਜੀਤ ਨੂੰ ਭੇਜਦਾ ਉਹ ਤੇਰੀ ਮਦਦ ਕਰੂਗੀ ਆਪਾਂ ਡਾਕਟਰ ਦੇ ਜਾ ਕੇ ਆਉਣਾ ਬੇਬੇ ਮੈਂ ਆਪੇ ਤਿਆਰ ਹੋ ਜੂੰਗੀ ਕੋਈ ਲੋੜ ਨਹੀਂ ਮੈਨੂੰ ਕਿਸੇ ਦੀ ਖੁਸ਼ੀ ਅਤੇ ਗੁਰੀ ਸਕੂਲ ਜਾਣ ਲੱਗੀਆਂ ਬੇਬੇ ਜੀ ਨੂੰ ਮਿਲ ਕੇ ਗਈਆਂ ਹਰਿੰਦਰ ਵੀ ਕਾਲਜ ਜਾਣ ਨੂੰ ਤਿਆਰ ਹੋ ਗਿਆ ਬਲਵਿੰਦਰ ਉਹਨਾਂ ਨੂੰ ਕਾਲਜ ਛੱਡ ਕੇ ਨਾਲ ਹੀ ਬੇਬੇ ਨੂੰ ਡਾਕਟਰ 'ਤੇ ਲੈ ਗਿਆ ਬੇਬੇ ਦਾ ਬੁਖਾਰ ਉੱਤਰ ਗਿਆ ਸੀ ਕਮਜ਼ੋਰੀ ਕਰਕੇ ਡਾਕਟਰ ਨੇ ਗਲੂਕੋਜ਼ ਲਗਾ ਦਿੱਤਾ ਬਲਵਿੰਦਰ ਨੇ ਮਨਜੀਤ ਨੂੰ ਫੋਨ ਕਰਕੇ ਦੱਸ ਦਿੱਤਾ ਨਾਲ ਹੀ ਸ਼ਿੰਦਰ ਭੈਣ ਅਤੇ ਜਗਤਾਰ ਨੂੰ ਵੀ ਬੇਬੇ ਦੀ ਸਿਹਤ ਬਾਰੇ ਦੱਸ ਦਿੱਤਾ ਅਤੇ ਨਾਲ ਹੀ ਹਰਿੰਦਰ ਨੂੰ ਆਪਣੇ ਕੋਲ ਰੱਖਣ ਬਾਰੇ ਵੀ ਪੁੱਛ ਲਿਆ ਡਾਕਟਰ ਨੇ 5 ਦਿਨਾਂ ਦੀ ਦਵਾਈ ਦਿੱਤੀ ਬਲਵਿੰਦਰ ਬੇਬੇ ਨੂੰ ਘਰ ਲੈ ਆਇਆ 4 ਦਿਨ ਲੰਘ ਗਏ ਬੇਬੇ ਨੂੰ ਦੁਬਾਰਾ ਬੁਖਾਰ ਨਹੀਂ ਹੋਇਆ ਨਾ ਹੀ ਬੇਬੇ ਕੁਝ ਬੋਲੀ ਹਰਿੰਦਰ ਦੇ ਘਰ ਆਏ ਤੋਂ ਹਾਲ ਵਿੱਚ ਆ ਕੇ ਬੈਠ ਜਾਂਦੀ ਪਰ ਗੱਲ ਹਰਿੰਦਰ ਨਾਲ ਕਰਦੀ ਜਾਂ ਥੋੜ੍ਹਾ ਬਹੁਤਾ ਬਲਵਿੰਦਰ ਨੂੰ ਬੁਲਾਉਂਦੀ ਰਾਤ ਦੀ ਰੋਟੀ ਖਾ ਕੇ ਹਰਿੰਦਰ ਖੁਸ਼ੀ ਗੁਰੀ ਦੇ ਕਮਰੇ ਵਿੱਚ ਉਹਨਾਂ ਨੂੰ ਪੜ੍ਹਾਉਣ ਲੱਗ ਗਿਆ ਮਨਜੀਤ ਕਹਿਣ ਲੱਗੀ ਪੁੱਤ ਸ਼ੁਕਰ ਆ ਬੇਬੇ ਠੀਕ ਆ ਹੁਣ ਤਾਂ ਕੁਝ ਨਹੀਂ ਕਹਿੰਦੀ ਰੱਬ ਉਹਨਾਂ ਨੂੰ ਤੰਦਰੁਸਤ ਰੱਖੇ ਹਰਿੰਦਰ ਮਾਮੀ ਜੀ ਮੈਨੂੰ ਤਾਂ ਡਰ ਜਿਹਾ ਕਿ ਬੇਬੇ ਇੰਨੀ ਚੁੱਪ ਕਿਵੇਂ ਆ
ਬਲਵਿੰਦਰ ਕਮਰੇ ਵਿੱਚ ਆਉਂਦਾ ਹੋਇਆ। ਕੋਈ ਨਹੀਂ ਹਰਿੰਦਰ ਹੋ ਜਾਣਾ ਬੇਬੇ ਨੇ ਠੀਕ। ਅਗਲੇ ਦਿਨ ਹਰਿੰਦਰ ਕਾਲ ਚਲਾ ਗਿਆ ਅਤੇ ਬਲਵਿੰਦਰ ਘਰ ਦਾ ਸਮਾਨ ਵਗੈਰਾ ਲੈਣ ਬਾਜ਼ਾਰ ਗਿਆ ਹੋਇਆ ਸੀ। ਬੇਬੇ ਹਾਲ ਵਿੱਚ ਬੈਠੀ ਉੱਠ ਕੇ ਬਾਹਰ ਨਿਕਲਣ ਲੱਗੀ ਤਾਂ ਮਨਜੀਤ ਕਹਿੰਦੀ। ਅਗਲਾ ਭਾਗ ਅਗਲੀ ਵੀਡੀਓ ਵਿੱਚ।